सत श्री अकाल जी, साडे वाला रेडियो ते सारयां दा स्वागत है। हर रोज दी तरह असीं खबरां लैके हाजिर हो गए हां। मैं हां हरमनप्रीत कौर, गलबात करांगे सीनियर पत्रकार स्वरण सिंह टाणा जी दे नाल ते उहनां तों जाणांगे देश दुनिया दा ते पंजाब दा हाल चाल। ए खबरां तुहाडे तक पहुंचाउण दे लई साडा सहयोग कीता है इंडो स्पाइस वर्ल्ड ते मनीग्राम ने। टाणा सर, बहुत बहुत स्वागत है जी प्रोग्राम च। बड़ी मेहरबानी जी, तुहाडा बहुत बहुत धन्नवाद ते साडे वाला रेडियो सुनने वाले सारे ही परिवारक मैंबरां नूं प्यार भरी तन की सत श्री अकाल जी। सर, सब तो पहला तो गल करते हैं जी हरीके पत्तन दी। क्या जा रहा है कि हरीके पत्तन तो 2 लाख क्यूसिक पानी जड़ा है वो छड़ दिता गया जी। बिल्कुल जी बिल्कुल, हरीके पत्तन तो 2 लाख क्यूसिक पानी है जड़ा वो छड़ दिता गया। पंजाब दे 13 जिले दे विच जिस तरीके नाल हड़ां करके हालात बने हुए आ उहदे बारे मीडिया दे विच वख-वख तरह दीआं हुण तक खबर आईआं। पंजाब दे विच स्थिति है जिहड़ी वह काफी भयानक बनी हुई है। पंजाब दे 10,000 दे करीब लोगों नूं वख-वख सुरक्षित थावां दे उत्ते पहुंचाया गया। पंजाब दे विच 450 दे करीब पिंड इहो जे आ जिहड़े कि खतरे दे निशान दे विच आ। 13 जिल्यां दे विच 450 पिंड, इहदे विच उह बहुते आ जिहड़े कि दरियावां दे आले दुआले दे खेतर दे पिंड हैगे आ, नीवे खेतर हैगे आ, उहनां दे विच पाणी इन्ना भर गया भी उह मेरा ख्याल आ भी पाणी निकलण दे उत्ते भी उह जिहड़े खेत उह घर उह गलियां उह मुहल्ले उह वेहले होण दे उत्ते पाणी दे मामले दे विच मैनूं लगदा भी कई हफ्ते हाले बाकी होणे आ। देखो गल यह भी कल ब्रह्म शंकर जिंपा साहब ने जिहड़े पंजाब दे कैबिनेट मंत्री आ उन्होंने कहा जी कि पंजाब दे विच हुण तक लगभग कई अरब का नुकसान हो चुका। उन्होंने कहा जी कि अरबा रुपये का नुकसान हो गया। हुण गल यह जी कि जदों सड़कां टुट गईआं, पुल टुट गए आ, फसलां बर्बाद हो गईआं, छत्तां डिग पईआं, रोटी पानी की आवाजाही पैदा हो गई है तो आपां समझ सकदे भी स्थिति किहो जी बन गई होगी जां बन चुकी है। पर यह भी हुण ਇਹ ਕੋਈ ਵੀ ਸਰਕਾਰ ਹੋਵੇ ਜਦੋਂ ਉਹ ਕੁਦਰਤੀ ਆਫ਼ਤ ਆਉਂਦੀ ਆ ਉਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਉਹ ਇੰਨੀ ਛੇਤੀ ਮਸਲੇ ਨੂੰ ਹੱਲ ਨਹੀਂ ਕਰ ਸਕਦੀਗੀ। ਇਹ ਆਪਾਂ ਕਹਿ ਦਈਏ ਜੀ ਆਪ ਦੀ ਸਰਕਾਰ ਆ ਇਹਨੇ ਆਹ ਨਹੀਂ ਕੀਤਾ ਗਾ ਇਹਨੇ ਉਹ ਨਹੀਂ ਕੀਤਾ, ਇਹ ਵੇਲਾ ਉਹ ਨਹੀਂ ਵੀ ਆਪਾਂ ਕਹਿ ਦਈਏ ਜੀ ਆਪ ਦੀ ਸਰਕਾਰ ਆਈ ਤਾਂ ਹੜ ਆ ਗਏ। ਹੜ ਕਿਸੇ ਵੀ ਪਾਰਟੀ ਦੀ ਸਰਕਾਰ ਦੇ ਮੌਕੇ ਆ ਸਕਦੇ ਆ, ਸੋਕਾ ਕਿਸੇ ਵੀ ਪਾਰਟੀ ਦੀ ਸਰਕਾਰ ਦੇ ਮੌਕੇ ਪੈ ਸਕਦਾ। ਪਰ ਗੱਲ ਇਹ ਆ ਵੀ ਇਸ ਵੇਲੇ ਸਥਿਤੀ ਚਿੰਤਾਜਨਕ ਹੈਗੀ ਆ। ਉਸ ਤੋਂ ਅਗਲੀ ਗੱਲ ਇਹ ਵੀ ਹੁਣ ਤੱਕ 8 ਲੋਕਾਂ ਦੀ ਮੌਤ ਆ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਹੋ ਗਈ ਆ, ਕੁਝ ਲੋਕ ਲਾਪਤਾ ਹੋਣ ਦੀ ਵੀ ਖਬਰ ਮਿਲੀ ਆ। ਹੁਣ ਲੰਘੇ ਕੱਲ ਸਿਹਤ ਵਿਭਾਗ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਹੜ੍ਹ ਆਏ ਆ, ਜਿਵੇਂ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ, ਪੰਜਾਬ ਦੇ ਵਿੱਚ ਭਿਆਨਕ ਬਿਮਾਰੀਆਂ ਪੈਦਾ ਹੋ ਸਕਦੀਆਂ, ਬੈਕਟੀਰੀਆ ਪੈਦਾ ਹੋ ਸਕਦੇ ਆ। ਉਨ੍ਹਾਂ ਨੇ ਕਿਹਾ ਜੀ ਕਿ ਉਹਦਾ ਕੋਈ ਇਹੋ ਜਿਹੀ ਸਿਹਤ ਦੀ ਸਮੱਸਿਆ ਪੈਦਾ ਹੋਵੇ ਪੰਜਾਬ ਦੇ ਵਿੱਚ ਜਾਂ ਪਸ਼ੂਆਂ ਨੂੰ ਕੋਈ ਭਿਆਨਕ ਰੋਗ ਲੱਗ ਜੇ, ਇਹਦੇ ਕਰਕੇ ਲੋਕ ਆ ਭਾਈ ਆਉਂਦੇ ਸਮੇਂ ਦੇ ਵਿੱਚ ਆਪਣਾ ਤੇ ਆਪਣਿਆਂ ਦਾ ਵਿਚਾਰ ਰੱਖਣ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਵੱਖ ਵੱਖ ਥਾਵਾਂ ਦੇ ਉੱਤੇ ਭਾਵੇਂ ਖਾਲਸਾ ਏਡ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਪੰਜਾਬ ਦੀ ਸਰਕਾਰ ਹੋਵੇ, ਵਿਰੋਧੀ ਪਾਰਟੀਆਂ ਦੇ ਆਗੂ ਹੋਣ ਜਾਂ ਦੇਸ਼ ਵਿਦੇਸ਼ ਦੇ ਵਿੱਚੋਂ ਮਾਇਆ ਭੇਜਣ ਵਾਲੇ ਸੰਗਤ ਹੋਵੇ ਜਾਂ ਕਹਿ ਦਈਏ ਪੰਜਾਬ ਦੀਆਂ ਪੰਚਾਇਤਾਂ ਹੋਣ, ਪੰਜਾਬ ਦੀਆਂ ਕਲੱਬਾਂ ਹੋਣ, ਜਿਹਦੇ ਹਿੱਸੇ ਦੇ ਵਿੱਚ ਜਿੰਨੀ ਡਿਊਟੀ ਆਉਂਦੀ ਆ ਉਹ ਨਿਭਾ ਰਿਹਾ ਤੇ ਡਿਊਟੀ ਨਿਭਾਉਣ ਵਾਲੇ ਲੋਕਾਂ ਦਾ ਅਸੀਂ ਧੰਨਵਾਦ ਨਿੱਜੀ ਤੌਰ ਤੇ ਵੀ ਕਰਦੇ ਹਾਂ। ਕੱਲ ਮੈਂ ਇੱਕ ਵੀਡੀਓ ਦੇਖ ਕੇ ਭਾਵੁਕ ਵੀ ਹੋਇਆ, ਖਾਲਸਾ ਏਡ ਵਾਲੇ ਮੋਟਰ ਬੋਟ ਦੇ ਵਿੱਚ ਫਿਰ ਰਹੇ ਆ, ਕਿਸੇ ਘਰ ਦੇ ਵਿੱਚ ਪਾਣੀ ਇੰਨਾ ਭਰਿਆ ਹੋਇਆ ਵੀ ਲੱਕ ਤੋਂ ਉੱਪਰ ਉੱਪਰ ਤੱਕ ਪਾਣੀ ਆ ਰਿਹਾ ਤੇ ਉਸ ਘਰ ਦੇ ਵਿੱਚ ਇੱਕ ਔਰਤ ਤੇ ਉਹਦਾ ਬੱਚਾ ਜਿਹੜਾ ਛੱਤ ਦੇ ਉੱਤੇ ਆ ਤੇ ਉਹਨਾਂ ਨੂੰ ਬਾਹਰ ਕੱਢ ਕੇ ਲਿਆਏ ਉਹ ਕੰਧਾਂ ਦੇ ਉੱਤੋਂ ਨਹੀਂ ਟੱਪ ਕੇ। ਸੋ ਗੱਲ ਇਹ ਆ ਵੀ ਇੱਕ ਉਦਾਹਰਨ ਨਹੀਂ, ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹੁਣ ਤੱਕ ਆਈਆਂ। ਹੁਣ ਆਉਂਦੇ ਸਮੇਂ ਚ ਤੁਸੀਂ ਦੇਖੋ ਜੀ ਸਮੱਸਿਆ ਪੈਦਾ ਹੋਊਗੀ ਪਸ਼ੂਆਂ ਦੇ ਚਾਰੇ ਵਾਸਤੇ। ਪਸ਼ੂ ਜੇ ਬਚਾ ਵੀ ਲੈ ਗਏ ਆ ਤੇ ਪਸ਼ੂਆਂ ਨੂੰ ਚਾਰਾ ਤਾਂ ਪਾਉਣਾ ਹੀ ਆ। ਜਿਹੜੇ ਤੂੜੀ ਦੇ ਕੁੱਪ ਸੀਗੇ ਉਹ ਡੁੱਬ ਗਏ ਆ, ਚਰੀ ਆ ਜਿਹੜੀ ਜਾਂ ਬਾਕੀ ਜਿਹੜੇ ਹੈਗੇ ਪੱਠੇ ਉਹ ਵੀ ਡੁੱਬ ਗਏ, ਖਤਮ ਹੋ ਗਏ ਆ, ਝੋਨੇ ਦੀ ਫਸਲ ਬਰਬਾਦ ਹੋ ਗਈ ਆ। ਆਉਂਦੇ ਸਮੇਂ ਦੇ ਵਿੱਚ ਕਿਸਾਨੀ ਵਾਸਤੇ ਵੀ ਬੜੀਆਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਹੋਊਗਾ। ਅਗਲੀ ਗੱਲ ਇਹ ਜੀ ਕਿ ਹੁਣ ਸੜਕਾਂ ਟੁੱਟ ਗਈਆਂ, ਪੁਲ ਰੁੜ ਗਏ ਆ, ਤੋ ਸਮੱਸਿਆ ਬਹੁਤ ਆ। ਤਾਪ ਘਰ ਆ ਜਿਹੜਾ ਇੱਕ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਆ ਜਿਹੜਾ ਉਹਦੇ 'ਚ ਪਾਣੀ ਭਰ ਗਿਆ, ਉਹਦੇ ਯੂਨਿਟ ਕਈ ਬੰਦ ਕਰਨੇ ਪੈ ਗਏ ਆ। ਸੋ ਇਸ ਤਰੀਕੇ ਦੀਆਂ ਸਮੱਸਿਆਵਾਂ ਨੇ ਇਸ ਵੇਲੇ ਬੜੀ ਵੱਡੀ ਮੁਸ਼ਕਲ ਪੈਦਾ ਕੀਤੀ ਆ। ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ, ਅਰਦਾਸ ਹੀ ਕਰਦੇ ਕੁਦਰਤ ਦੇ ਮੂਹਰੇ ਵੀ ਭਾਈ ਸਾਰਾ ਕੁਝ ਠੀਕ ਹੋ ਜੇ, ਸਾਰਾ ਕੁਝ ਲੋਕਾਂ ਦੇ ਹੱਕ ਦੇ ਵਿੱਚ ਹੀ ਹੋਵੇ। ਤੇ ਰਾਜਨੀਤਿਕ ਲੋਕਾਂ ਨੂੰ ਬੇਨਤੀ ਇਹ ਹੈ ਵੀ ਭਾਵੇਂ ਤੁਸੀਂ ਅਕਾਲੀ ਹੋ, ਭਾਵੇਂ ਕਾਂਗਰਸੀ ਹੋ, ਭਾਵੇਂ ਭਾਜਪਾ ਵਾਲੇ, ਭਾਵੇਂ ਬਸਪਾ ਵਾਲੇ, ਭਾਵੇਂ ਆਪ ਵਾਲੇ ਹੋ, ਪਰ ਤੁਸੀਂ ਲੋਕਾਂ ਦੀ ਮਦਦ ਕਰਨ ਵੇਲੇ ਤੇ ਪਾਰਟੀਆਂ ਦੇ ਚੋਣ ਨਿਸ਼ਾਨ ਭੁੱਲ ਜਾਓ। ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਸੰਬੰਧਿਤ ਹੋਵੋ, ਪਰ ਬੇਨਤੀ ਸਿਰਫ ਇੰਨੀ ਹੈ ਜੀ ਕਿ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾਵੇ, ਔਖੇ ਵੇਲੇ ਦੇ ਵਿੱਚ ਸੰਕਟ ਦੇ ਵਿੱਚ ਲੋਕਾਂ ਦੀ ਬਾਂਹ ਫੜੀ ਜਾਵੇ। ਇਹ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ। ਸੋ ਦੇਖਦੇ ਆ ਭਾਈ ਕੁਦਰਤ ਦੇ ਕਿਹੋ ਜਿਹੇ ਵਰਤਾਰੇ ਆਉਂਦੇ ਸਮੇਂ 'ਚ ਹੁੰਦੇ ਆ, ਪਰ ਮੌਸਮ ਵਿਭਾਗ ਨੇ ਗੱਲ ਆਖੀ ਆ ਵੀ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈਗੀ ਆ।
जी बिल्कुल सही टाणा साहब। ते उधर दूसरे बन्ने लोहियां दी जे आपां गल करिए, लोहियां दे विच 34 दे नेड़े तेड़े लोक जिहड़े ने NDRF दीआं टीमां ने बचाए ने जी। बिल्कुल जी बिल्कुल, इस गल सच्ची है कि पंजाब दे विच कई लोक आ जिहड़े ओह इस तरीके दे नाल NDRF दीआं टीमां दे वल्लों बचाए गए आ, पाणी दे विचों कढे गए आ। तुसीं देखो भी कल एक खबर आई, एक मुंडा जिहड़ा कि नाले दे विच रुड़ गया, ओह कहिंदे भी ओह मुंडा पाणी दा वहाअ देखण लगा सीगा, अगे हो के उहदा पैर तिलक गया, ओह पाणी दे विच ही रुड़ गया, बाद ਦੇ ਵਿੱਚ ਮਿਲਿਆ ਹੀ ਨਹੀਂ ਗਾ। ਗੋਤਾਖੋਰਾਂ ਦੀਆਂ ਟੀਮਾਂ ਵੀ ਬੜੀ ਕੋਸ਼ਿਸ਼ ਦੇ ਵਿੱਚ ਆ। ਇਹ ਕਿਹੜਾ ਪਾਣੀ ਸਾਫ਼ ਆ, ਇਹ ਆਲੇ ਦੁਆਲਿਓਂ ਬਹੁਤ ਸਾਰੀਆਂ ਥਾਵਾਂ ਤੋਂ ਹੋ ਕੇ ਆਉਂਦਾ, ਇਹ ਮਿੱਟੀ ਦੇ ਨਾਲ ਗਾਰਾ ਬਣਿਆ ਹੋਇਆ। ਇਹਦੇ ਵਿੱਚ ਤਾਂ ਦੇਖੋ ਗੋਤਾਖੋਰਾਂ ਦੀ ਟੀਮ ਜੇਕਰ ਚੁੱਭੀ ਲਾ ਕੇ ਥੱਲੇ ਵੀ ਜਾਊ, ਲੱਭਣਾ ਕੀ ਥੱਲਿਓਂ? ਜੇ ਪਾਣੀ ਪਾਰਦਰਸ਼ੀ ਹੋਵੇ, ਪਾਣੀ ਦਿਸਦਾ ਹੋਵੇ ਥੱਲੇ ਕੀ ਹੈ, ਤਲ ਦੇ ਉੱਤੇ ਕੀ ਆ, ਤਾਂ ਨਾ ਹੁਣ ਗਾਰੇ ਦੇ ਵਿੱਚੋਂ ਕੀ ਲੱਭਣਾ। ਸੋ ਇਹ ਹੈ ਜੀ ਕਿ ਇਸ ਵੇਲੇ ਸੰਕਟ ਹੈਗਾ, ਪਰ ਇਹ ਹੈ ਵੀ ਜਿਹੜੇ ਜਿਹੜੇ ਲੋਕ ਮਦਦ ਕਰ ਰਹੇ ਆ, ਸਾਹਮਣੇ ਆ ਰਹੇ ਆ, ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਸਥਾਵਾਂ ਮੂਹਰੇ ਆਈਆਂ। ਇਹ ਇਕੱਲੇ ਪੰਜਾਬ ਦਾ ਸੰਕਟ ਨਹੀਂ ਹੈਗਾ, ਇਹ ਹਰਿਆਣੇ 'ਚ ਵੀ ਹੋਇਆ, ਇਹ ਹਿਮਾਚਲ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਆ, ਇਹ ਪਰਲੇ ਪਾਰ ਜਿਹੜੇ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਆ ਉਹਦੇ ਵਿੱਚ ਵੀ ਬੜਾ ਕੁਝ ਹੋਇਆ। ਸੋ ਇਸ ਤਰੀਕੇ ਦੀਆਂ ਸੰਕਟ ਬਈ ਖਬਰਾਂ ਆਈਆਂ। ਸੋ ਬਾਕੀ ਅਰਦਾਸ ਆ ਭਾਈ ਸਭ ਕੁਝ ਠੀਕ ਰਹੇ। ਕੱਲ੍ਹ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ, ਉਹਨਾਂ ਨੇ ਉਹ ਇੱਕ ਗੁਦਾਈਆਂ ਪਿੰਡ ਆ ਇਹ ਪੱਟੀ ਖੇਤਰ ਦੇ ਵਿੱਚ, ਇਸ ਪਿੰਡ ਦੇ ਵਿੱਚ ਲੱਕ ਲੱਕ ਤੱਕ ਪਾਣੀ ਭਰ ਗਿਆ, 5-5 ਫੁੱਟ ਤੱਕ ਪਾਣੀ ਆ ਗਿਆ। ਤੇ ਪਤਾ ਲੱਗਾ ਜੀ ਕਿ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਆ ਜਿਹੜਾ ਉਹਦੇ ਵਿਚਲੇ ਸੇਵਾਦਾਰ ਤੇ ਗ੍ਰੰਥੀ ਸਿੰਘ ਤਾਂ ਬਾਹਰ ਕੱਢ ਲਿਆਂਦੇ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਰਹਿ ਗਿਆ। ਫਿਰ ਉਹ ਗਏ ਉੱਥੇ ਲਾਲਜੀਤ ਸਿੰਘ ਭੁੱਲਰ ਹੋਰੀ ਆਪਣੇ ਸਾਥੀਆਂ ਨਾਲ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਕੇ ਪੂਰੀ ਮਰਿਆਦਾ ਨਾਲ ਤੇ ਬਾਹਰ ਲੈ ਕੇ ਆਏ, ਉੱਥੇ ਹੜ੍ਹ ਦੇ ਵਿੱਚੋਂ ਬਚਾ ਕੇ ਲਿਆਏ ਆ। ਸੋ ਭਾਈ ਧੰਨਵਾਦ ਕਰਦੇ ਹਾਂ ਅਸੀਂ ਸਭ ਦਾ ਹੀ, ਆਸਥਾ ਵੀ ਰੱਖਣੀ ਚਾਹੀਦੀ ਹੈ ਤੇ ਮਨੁੱਖਤਾ ਦਾ ਖਿਆਲ ਵੀ ਰੱਖਣਾ ਚਾਹੀਦਾ, ਤੇ ਜਿਹੜੇ ਸਾਰੀ ਚੀਜ਼ ਦਾ ਖਿਆਲ ਰੱਖਦੇ ਆ ਉਹਨਾਂ ਦਾ ਸ਼ੁਕਰਾਨਾ ਅਦਾ ਕਰਦੇ ਹਾਂ। ਸੋ ਦੇਖੋ ਬਾਕੀ ਇਹ ਸੰਕਟ ਦੀ ਘੜੀ ਹੈ, ਸਾਰੇ ਹੀ ਲੋਕ, ਦੇਖੋ ਕੋਈ ਇਹ ਨਹੀਂ ਗੱਲ ਕਹਿੰਦੇ ਵੀ ਫਲਾਣਾ ਕੰਮ ਕਰਦਾ ਫਲਾਣਾ ਨਹੀਂ ਕਰਦਾ, ਸਾਰੇ ਹੀ ਲੋਕ ਸਾਰਿਆਂ ਦੀ ਹੀ ਵੱਧ ਤੋਂ ਵੱਧ ਮਦਦ ਕਰਨ, ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਹਾਲਾਤਾਂ ਦੀ, ਇਹਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇੱਕ MLA ਦੇ ਉੱਪਰ ਲੋਕਾਂ ਦਾ ਗੁੱਸਾ ਕਹਿੰਦੇ ਬਹੁਤ ਜ਼ਿਆਦਾ ਫੁੱਟਿਆ। ਦੇਖੋ ਮੈਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ, ਮੈਂ ਕਿਸੇ ਪਾਰਟੀ ਦੀ ਫੇਵਰ ਦੇ ਵਿੱਚ ਨਹੀਂ ਗੱਲ ਕਰਦਾ ਗਾ, ਪਰ ਇਹ ਆ ਵੀ ਜਦੋਂ ਕਿਤੇ ਵੀ ਕੁਦਰਤੀ ਕਰੋਪੀ ਆਉਂਦੀ ਹੈ ਨਾ, ਉਦੋਂ ਕੋਈ ਵੀ ਇੱਕ ਵਿਅਕਤੀ ਹੈ ਜਿਹੜਾ ਉਹ ਪੂਰੇ ਖੇਤਰ ਦੀ ਉਵੇਂ ਜਾਣਕਾਰੀ ਨਹੀਂ ਲੈ ਸਕਦਾ ਜਿਵੇਂ ਕਿ ਅਸੀਂ ਆਸ ਕਰਦੇ ਹਾਂ। ਲੋੜ ਇਸ ਵਕਤ ਇਸ ਗੱਲ ਦੀ ਆ ਕਿ ਸਾਰੇ ਹੀ ਇੱਕ ਦੂਜੇ ਦੀ ਮਦਦ ਕਰੀਏ। ਹੁਣ ਜੇ ਆਪਾਂ ਕਹਿੰਦੇ ਵੀ ਵਿਧਾਇਕ ਆ ਜਿਹੜਾ ਉਹ ਪੂਰੇ ਖੇਤਰ ਦੇ ਵਿੱਚ ਲੋਕਾਂ ਨੂੰ ਪੱਠੇ ਵੀ ਮੁਹੱਈਆ ਕਰਾਵੇ, ਰੋਟੀ ਵੀ ਮੁਹੱਈਆ ਕਰਾਵੇ, ਇਹ ਸੰਭਵ ਨਹੀਂ ਹੈਗੀ ਗੱਲ। ਉਹ ਭਾਵੇਂ ਕਿਸੇ ਵੀ ਪਾਰਟੀ ਦਾ ਵਿਧਾਇਕ ਕਿਉਂ ਨਾ ਹੋਵੇ, ਕੋਈ ਵੀ ਇੱਕ ਸੰਸਥਾ ਸਾਰਿਆਂ ਦੀ ਕਿਵੇਂ ਮਦਦ ਕਰ ਦੂਗੀ? ਹਾਂ ਗੁੱਸਾ ਲੋਕਾਂ ਨੂੰ ਜ਼ਰੂਰ ਹੁੰਦਾ ਵੀ ਭਾਈ ਜਿਹਨੂੰ ਅਸੀਂ ਵੋਟਾਂ ਪਾਈਆਂ ਉਹ ਇੱਥੇ ਵੋੜਿਆ ਨਹੀਂ ਗਾ, ਪ੍ਰਸ਼ਾਸਨ ਨਹੀਂ ਵੋੜਿਆ, ਪਰ ਇਕੱਲੇ ਇਕੱਲੇ ਬੰਦੇ ਨੂੰ ਆਪੋ ਆਪਣਾ ਫਰਜ਼ ਨਿਭਾਉਣਾ ਚਾਹੀਦਾ, ਇਕੱਲੇ ਉਲਾਂਭਿਆਂ ਦੀ ਗੱਲ ਨਹੀਂ ਇੱਥੇ ਹੈਗੀ। ਸੋ ਲੰਘੇ ਕੱਲ੍ਹ ਪਤਾ ਲੱਗਾ ਜੀ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁਝ ਪਿੰਡ ਆ, 2-3 ਪਿੰਡ, ਉਹਨਾਂ ਦੇ ਲੋਕਾਂ ਨੇ ਆਪਣੇ ਖੇਤਰ ਦੇ ਵਿਧਾਇਕ ਦੇ ਉੱਤੇ ਦੁੱਖ ਜਿਹੜਾ ਉਹ ਪ੍ਰਗਟਾਇਆ, ਉਹਨਾਂ ਨੇ ਗੁੱਸਾ ਝਾੜਿਆ, ਉਹ ਕਹਿੰਦੇ ਵੀ ਨਾ ਤਾਂ ਪ੍ਰਸ਼ਾਸਨ ਇੱਥੇ ਬੋੜਿਆ, ਨਾ ਵਿਧਾਇਕ ਇੱਥੇ ਬੋੜਿਆ, ਸਾਡੇ ਪਸ਼ੂ ਪਿਛਲੇ 24 ਘੰਟਿਆਂ ਤੋਂ ਭੁੱਖੇ ਖੜੇ ਆ, ਸਾਡੀ ਆਪਦੀ ਰੋਟੀ ਪਾਣੀ ਬੰਦ ਹੋ ਗਿਆ, ਸਾਨੂੰ ਕੋਈ ਤਰਪਾਲ ਨਹੀਂ ਮੁਹੱਈਆ ਕਰਵਾਉਂਦਾ, ਸਾਡੇ ਕੋਲ ਕੋਈ ਟੈਂਟ ਨਹੀਂ ਭੇਜਦਾ, ਤੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਕਿਹੜੀ ਗੱਲੋਂ ਆ। ਸੋ ਗੁੱਸਾ ਚਲੋ ਆਪਣੀ ਥਾਂ ਦੇ ਉੱਤੇ ਵਾਜਬ ਹੋ ਸਕਦਾ, ਪਰ ਇਹ ਗੱਲ ਜ਼ਰੂਰ ਕਲੀਅਰ ਹੋਣੀ ਚਾਹੀਦੀ ਹੈ ਵੀ ਭਾਈ ਕੋਈ ਵੀ ਬੰਦਾ ਸਾਰਿਆਂ ਦੀ ਮਦਦ ਨਹੀਂ ਕਰ ਸਕਦਾ ਗਾ, ਸਾਰਿਆਂ ਨੂੰ ਸਾਰਿਆਂ ਦੀ ਮਦਦ ਵਾਸਤੇ ਅੱਗੇ ਆਉਣਾ ਪੈਂਦਾ। ਸੋ ਫਿਰ ਵੀ ਅਸੀਂ ਇਸ ਗੱਲ ਦੀ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ, ਰਾਜਨੀਤਿਕ ਲੋਕ ਵੱਧ ਤੋਂ ਵੱਧ ਮਦਦ ਕਰਨ, ਸਾਰਿਆਂ ਦੀ ਹੀ ਮਦਦ ਕਰਨ ਦੀ ਕੋਸ਼ਿਸ਼ ਕਰਨ, ਤੇ ਜਿਹੜੇ ਆਮ ਲੋਕ ਆ ਅਸੀਂ ਆਪਦੇ ਗਲੀ ਗੁਆਂਢ ਦੇ ਵਿੱਚ ਜਿਹੜਾ ਵੀ ਕੋਈ ਭੈਣ ਵੀਰ ਵੱਸਦਾ ਜਿਹਦੀ ਕੋਈ ਸੰਕਟ ਦੀ ਸਥਿਤੀ ਹੈਗੀ ਆ, ਉਹਦੀ ਮਦਦ ਵਾਸਤੇ ਆਪ ਵੀ ਅੱਗੇ ਹੈਗੇ। ਇਕੱਲੇ ਲੀਡਰ ਵਾਲੀ ਨਾ ਦੇਖੀ ਜਾਏਗੀ ਵੀ ਭਾਈ ਜਿਹਨੂੰ ਵੋਟ ਪਾਈ ਸੀ ਉਹ ਕੀ ਕਰਦਾ, ਕਿਉਂਕਿ ਇਹ ਹੋ ਸਕਦਾ ਵੀ ਉਹ ਕੱਲ ਨੂੰ ਆਵੇ, ਹੋ ਸਕਦਾ ਉਹ ਪਰਸੋਂ ਆਉਣ ਦਾ ਟਾਈਮ ਲੱਗੇ, ਪਤਾ ਨਹੀਂ ਹੁੰਦਾ ਗਾ ਪ੍ਰਸਥਿਤੀਆਂ ਦਾ, ਪਰ ਲੋੜ ਜਿਹਨੂੰ ਅੱਜ ਆ ਉਹਦੀ ਲੋੜ ਅੱਜ ਹੀ ਅਸੀਂ ਪੂਰੀ ਕਰ ਸਕਦੇ ਹਾਂ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਤੇ ਇਹੋ ਜਿਹੀ ਹੀ ਨਸੀਹਤ ਲੋਕ ਵੀ ਹੁਣ ਦੇਣ ਲੱਗ ਗਏ ਨੇ। ਲੋਕਾਂ ਦਾ ਵੀ ਇਹ ਕਹਿਣਾ ਕਿ ਰਾਜਨੀਤੀ ਨੂੰ ਛੱਡ ਕੇ ਹੁਣ ਲੋਕਾਂ ਨੂੰ ਬਚਾਉਣਾ ਚਾਹੀਦਾ, ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਲੋਕ ਇਹ ਗੱਲ ਕਹਿੰਦੇ ਆ ਵੀ ਕੜੀ ਨਾ ਭੋਲਣ ਨੇਤਾ, ਕਿਉਂਕਿ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਇੱਕ ਨੇਤਾ ਦੇ ਵੱਲੋਂ ਇਹ ਗੱਲ ਕਹੀ ਗਈ, ਕਹਿੰਦਾ ਦੇਖੋ ਜੀ ਇਹ ਜੇਕਰ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤਾਂ ਹੜ੍ਹ ਨਹੀਂ ਸੀ ਆਉਣੇ, ਇਹਨਾਂ ਦੇ ਵੱਲੋਂ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ ਤੇ ਇਸ ਕਰਕੇ ਹੜ੍ਹ ਆਏ ਆ। ਉਹਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਵਰਖਾ ਮਾਰ ਕੇ ਥੋੜੀ ਬਦਲਾਂ ਦੇ ਵਿੱਚੋਂ ਮੀਂਹ ਭਰਾਇਆ,
ਇਹ ਮੀਂਹ ਤਾਂ ਅਕਾਲੀਆਂ ਦੇ ਮੌਕੇ ਵੀ ਇੰਨਾ ਪੈ ਸਕਦਾ ਸੀ, ਕਾਂਗਰਸੀਆਂ ਦੇ ਮੌਕੇ ਵੀ। 1988 ਦੇ ਵਿੱਚ ਕਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਹੜ੍ਹ ਤਾਂ ਉਦੋਂ ਵੀ ਆਏ ਸੀ। ਪਰ ਹਾਂ, ਉਸ ਤੋਂ ਬਾਅਦ ਸਬਕ ਨਹੀਂ ਲਏ ਗਏ। ਅਸੀਂ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਲਈ ਕੁਝ ਨਹੀਂ ਕੀਤਾ ਗਾ, ਜਿਹਦੇ ਕਰਕੇ ਸਥਿਤੀ ਅੱਜ ਵੀ ਭਿਆਨਕ ਹੈਗੀ ਆ। ਸੋ ਲੋੜ ਇਸ ਵਕਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਅਸੀਂ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਆ। ਅਸੀਂ ਦੇਖੋ ਜੀ, ਟੋਭੇ ਪੂਰਤੇ ਆ, ਨਦੀਆਂ ਨਾਲੇ ਸਾਰੇ ਭਰਤੇ ਆ, ਦਰਿਆਵਾਂ ਦੇ ਮੋੜ ਬਦਲਤੇ ਆ, ਛੱਪੜ ਕੋਈ ਰਹਿਣ ਨਹੀਂ ਦਿੱਤਾ ਗਾ, ਖੂਹ ਕੋਈ ਹੈ ਨਹੀਂ ਗਾ ਪੰਜਾਬ ਦੇ ਵਿੱਚ, ਧਰਤੀ ਹੇਠਾਂ ਪਾਣੀ ਜਾਊਗਾ ਕਿਵੇਂ? ਇਸ ਵੇਲੇ ਚਾਰੇ ਪਾਸੇ ਸੜਕਾਂ ਹੀ ਸੜਕਾਂ ਨਜ਼ਰ ਆਉਂਦੀਆਂ। ਸੋ ਸਾਡੇ ਕੋਲ ਤਾਂ ਪ੍ਰਬੰਧ ਹੀ ਕੋਈ ਹੈ ਨਹੀਂ ਗਾ, ਕਿਵੇਂ ਬਾਹਰਲੇ ਮੁਲਕਾਂ ਨੇ ਧਰਤੀ ਹੇਠੋਂ ਪਾਣੀ ਵਾਲੇ ਕੱਢਿਆ ਨਹੀਂ ਗਾ, ਅਸੀਂ ਮੁਕਾਉਣ ਦੇ ਰਾਹ ਦੇ ਉੱਤੇ ਵੀ ਤੁਲੇ ਪਏ ਹਾਂ। ਸੋ ਇਹ ਹੈ ਜੀ ਕਿ ਬਾਕੀ ਦੇਖਦੇ ਹਾਂ ਕੀ ਬਣਦਾ। ਪਰ ਲੋਕ ਇਹ ਚਾਹੁੰਦੇ ਆ ਵੀ ਰਾਜਨੀਤਿਕ ਲੋਕ ਵੱਧ ਤੋਂ ਵੱਧ ਇਸ ਵੇਲੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਾਹਮਣੇ ਆਉਣ। ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਹੈ, ਜਿਹੜੇ ਹਾਰੇ ਉਹਨਾਂ ਨੂੰ ਵੀ ਬੇਨਤੀ, ਜਿਹੜੇ ਜਿੱਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਆਓ ਲੋਕਾਂ ਦੀ ਬਾਂਹ ਫੜੋ, ਬੰਦਿਆਂ ਨੂੰ ਕੰਮ ਆਓ। ਹੋਰ ਤੁਸੀਂ 5-7 ਮਹੀਨਿਆਂ ਬਾਅਦ ਵੋਟਾਂ ਮੰਗਣ ਆਉਣਾ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ। ਜੀ ਬਿਲਕੁਲ ਟਾਣਾ ਸਾਹਿਬ, ਤੇ ਹੁਣ ਸਿਆਸਤ ਦੀ ਗੱਲ ਹੋਰ ਕਰ ਲਈਏ। ਟਾਣਾ ਸਾਹਿਬ, ਸੁਨੀਲ ਜਾਖੜ ਹੋਰਾਂ ਦੀ ਗੱਲ ਕਰਦੇ ਹਾਂ ਜੀ। ਸੁਨੀਲ ਜਾਖੜ ਹੋਰੀ, ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਚੱਲ ਰਹੀ ਹੈ, ਇਹ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਅਕਾਲੀ ਦਲ ਤੇ ਭਾਜਪਾ ਦਾ ਦੁਬਾਰਾ ਤੋਂ ਗੱਠਜੋੜ ਹੋ ਜਾਊਗਾ, ਤੇ ਦੂਸਰੇ ਬੰਨੇ ਸੁਨੀਲ ਜਾਖੜ ਹੋਰਾਂ ਦਾ ਇਹ ਬਿਆਨ ਸਾਹਮਣੇ ਆ ਗਿਆ, ਕਹਿੰਦੇ ਕਿਸੇ ਵੀ ਸੂਰਤ ਦੇ ਵਿੱਚ ਗੱਠਜੋੜ ਨਹੀਂ ਹੋਣਾ। ਦੇਖੋ, ਪਹਿਲੀ ਗੱਲ ਤਾਂ ਬੜੀ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਲੰਘੇ ਕੱਲ ਤਾਜਪੋਸ਼ੀ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕੀਤੇ ਗਏ ਆ, ਉਹ ਆਪਣੇ ਆਪ ਦੇ ਵਿੱਚ ਬੜੇ ਹੈਰਾਨ ਕਰਨ ਵਾਲੇ ਆ। ਜਾਖੜ ਸਾਹਿਬ ਨੇ ਜਦੋਂ ਫੁੱਲਾਂ ਦਾ ਗੁਲਦਸਤਾ ਲਿਆ ਤੇ ਕੁਰਸੀ ਦੇ ਉੱਤੇ ਬੈਠ ਗਏ ਤਾਂ ਪੱਤਰਕਾਰਾਂ ਨੇ ਉਹਨੂੰ ਸਵਾਲ ਕੀਤਾ, ਉਹ ਕਹਿੰਦੇ ਵੀ ਨਹੀਂ, ਇਸ ਵੇਲੇ ਵੱਡੇ ਛੋਟੇ ਭਰਾ ਵਾਲੀ ਗੱਲ ਹੀ ਕੋਈ ਨਹੀਂ ਗੀ, ਅਸੀਂ ਤਾਂ ਅਕਾਲੀ ਦਲ ਨੂੰ ਬਰਾਬਰ ਦੀ ਟੱਕਰ ਦੇਣ ਵਾਸਤੇ ਵਚਨਬੱਧ ਹੈਗੇ ਆ। ਸੋ ਉਹਨਾਂ ਨੇ ਇੱਕ ਵਾਰ ਫੇਰ ਕਾਟਾ ਜਾਂ ਫੇਰਤਾ ਵੀ ਭਾਈ ਸਾਡਾ ਤਾਂ ਗੱਠਜੋੜ ਹੋਣਾ ਹੀ ਨਹੀਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਗੱਠਜੋੜ ਹੁੰਦਾ ਹੀ ਨਹੀਂ ਤਾਂ ਬੀਜੇਪੀ ਕਿੱਥੇ ਜੇ ਖੜਦੀ ਹੈ, ਜੇ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਅਕਾਲੀ ਕਿੱਥੇ ਜੇ ਖੜਦੇ। ਦੋਵਾਂ ਦੀ ਹਾਲਤ ਇੱਕੋ ਜਿਹੀ ਹੈ, ਪਤਲੀ ਹਾਲਤ ਦੋਵਾਂ ਦੀ ਹੈ, ਦੋਵੇਂ ਭੁਲੇਖੇ 'ਚ ਫਿਰਦੇ ਜਿਵੇਂ ਕਿ ਬਿਆਨ ਜਾਰੀ ਕਰ ਰਹੇ ਆ। ਪਰ ਮੈਨੂੰ ਨਿੱਜੀ ਤੌਰ ਤੇ ਫਿਰ ਇਹ ਲੱਗਦਾ ਜੀ ਕਿ ਇਹ ਗੱਠਜੋੜ ਹੋਣਾ ਇਹ ਤਾਂ ਨਾ ਉੱਤੋਂ ਇੱਕ ਕੰਡਿਆਂ ਤੋਂ ਘੜੀਸਣ ਵਾਲੀ ਗੱਲ ਆ। ਸੋ ਮੈਨੂੰ ਨਿੱਜੀ ਤੌਰ ਤੇ ਲੱਗਦਾ। ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਾਖੜ ਸਾਹਿਬ ਜੇ ਕਹੇ ਤੇ ਨਾ ਤਾਂ ਗੱਠਜੋੜ ਹੋਣਾ ਤੇ ਨਾ ਟੁੱਟਣਾ। ਜੇ ਕੋਈ ਅਕਾਲੀ ਦਲ ਦਾ ਵਿਰਸਾ ਸਿੰਘ ਬਲਟੂਹਾ ਹੋਰੀ ਕਹੀ ਜਾਣ, ਜਾਂ ਕੋਈ ਇੱਥੇ ਸੁੱਚਾ ਸਿੰਘ ਲਗਾ ਕਹੀ ਜਾਵੇ, ਜਾਂ ਕੋਈ ਇੱਥੇ ਹੋਰ ਖੇਤਰੀ ਨੇਤਾ ਕਹੀ ਜਾਵੇ ਆਪਣੇ ਹਲਕੇ ਦਾ, ਤੇ ਉਹ ਕਵੇ ਜੀ ਕਿ ਅਕਾਲੀਆਂ ਨੇ ਗੱਠਜੋੜ ਨਹੀਂ ਕਰਨਾ, ਉਹਨੇ ਥੋੜੀ ਕਰਨਾ, ਕਰਨਾ ਤਾਂ ਸੁਖਬੀਰ ਬਾਦਲ ਹੋਰਾਂ ਨੇ ਆ, ਤੇ ਇੱਧਰ ਕਰਨਾ ਹੈਗਾ ਪ੍ਰਧਾਨ ਮੰਤਰੀ ਮੋਦੀ ਨੇ, ਅਮਿਤ ਸ਼ਾਹ ਨੇ ਗੱਠਜੋੜ ਜੇ ਨਹੀਂ ਕਰਨਾ ਤਾਂ ਵੀ ਉਹਨਾਂ ਨੇ ਨਹੀਂ ਕਰਨਾ। ਤੇ ਅਗਲੀ ਗੱਲ ਇਹ ਆ ਵੀ 18 ਨੂੰ ਦਿੱਲੀ ਦੇ ਇੱਕ ਹੋਟਲ ਦੇ ਵਿੱਚ NDA ਦੀਆਂ ਭਾਈਵਾਲ ਪਾਰਟੀਆਂ ਜਾਂ ਜਿਹਨਾਂ ਨੂੰ ਨਾਲ ਉਹ ਰਲਾਉਣਾ ਚਾਹੁੰਦੇ ਆ ਉਹਨਾਂ ਦੇ ਵੱਲੋਂ ਮਿਲ ਕੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਵੀ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਵੀ ਪਹੁੰਚਣਗੇ, ਇਹਦੇ ਵਿੱਚ ਚਿਰਾਗ ਪਾਸਵਾਨ ਦੇ ਵੱਲੋਂ ਵੀ ਸ਼ਿਰਕਤ ਕਰਨ ਦੀ ਆਸ ਹੈ, ਇਹਦੇ ਵਿੱਚ ਹਮ ਪਾਰਟੀ ਵਾਲਾ ਜਿਹੜਾ ਜੀਤਨ ਰਾਮ ਮਾਂਝੀ ਆ ਉਹਦੇ ਵੱਲੋਂ ਵੀ ਆਉਣ ਦੀ ਆਸ ਹੈਗੀ ਆ, ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੀ ਪਹੁੰਚਣ ਦੀ ਆਸ ਹੈ, ਇਹਦੇ ਵਿੱਚ ਕਈ ਛੋਟੀਆਂ ਵੱਡੀਆਂ ਪਾਰਟੀਆਂ ਦੇ ਹੋਰ ਵੀ ਪਹੁੰਚਣ ਦੀ ਆਸ ਹੈ। ਕਿਉਂਕਿ ਬੀਜੇਪੀ ਚਾਹੁੰਦੀ ਜੀ ਕਿ ਅਸੀਂ ਇਕੱਠੇ ਹੋ ਕੇ ਹਮਲਾ ਮਾਰ ਗਏ, ਅਸੀਂ ਵੱਡੇ ਪੱਧਰ ਤੇ ਹਮਲਾ ਮਾਰ ਗਏ, ਇਸ ਸਮੇਂ ਦੀ ਉਹ ਕਹਿੰਦੇ ਜੀ ਜ਼ਰੂਰਤ ਹੈਗੀ ਆ, ਕਿਉਂਕਿ ਉਹ ਚਾਹੁੰਦੇ ਜੀ ਤੀਜੀ ਵਾਰ ਸਰਕਾਰ ਬਣਾ ਕੇ, ਵਿਰੋਧੀ ਪਾਰਟੀਆਂ ਕਹਿਣਗੀਆਂ ਅਸੀਂ ਇਕੱਠੀਆਂ ਹੈਗੀਆਂ, ਅਸੀਂ ਸਰਕਾਰ ਬਣ ਨਹੀਂ ਰਹਿਣੀਗੀ, ਸਰਕਾਰ ਸਾਡੀ ਹੀ ਬਣਨੀ ਆ। ਸੋ ਜੰਗ ਇਸ ਲੈਵਲ ਦੇ ਉੱਤੇ ਚੱਲ ਰਹੀ ਹੈ। ਸੋ ਦੇਖਦੇ ਹਾਂ ਜੀ ਕਿ 18 ਨੂੰ ਵੈਸੇ ਕਲੀਅਰ ਹੋ ਜਾਣਾ ਕਿ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੁੰਦਾ ਜਾਂ ਨਹੀਂ। ਫਿਰ ਮੈਂ ਇਹ ਗੱਲ ਕਹਿਣਾ ਵੀ ਬੀਜੇਪੀ ਦਾ ਪੰਜਾਬ ਦੇ ਪਿੰਡਾਂ 'ਚ ਕੋਈ ਆਧਾਰ ਨਹੀਂ, ਅਕਾਲੀਆਂ ਦਾ ਸ਼ਹਿਰਾਂ ਦੇ ਵਿੱਚ ਕੋਈ ਆਧਾਰ ਨਹੀਂ। ਦੋਵਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ, ਦੋਵੇਂ ਇੱਕ ਦੂਜੇ ਨੂੰ ਭਾਵੇਂ ਇਗਨੋਰ ਕਰਨ ਭਾਵੇਂ ਉਤਲੇ ਮਨੋਂ ਜੋ ਮਰਜ਼ੀ ਕਹੀ ਜਾਣ, ਪਰ ਦੋਵਾਂ ਨੂੰ ਹੀ ਇੱਕ ਦੂਜੇ ਦੀ ਜ਼ਰੂਰਤ ਤਾਂ ਹੈ ਹੀ ਹੈ। ਸੋ ਦੇਖਦੇ ਹਾਂ ਕੀ ਬਣਦਾ 18 ਨੂੰ। ਪਰ ਇੱਕ ਵਾਰ ਸੁਨੀਲ ਜਾਖੜ ਨੇ ਗੱਲ ਕਹਿ ਕੇ ਕਿ ਬੀਜੇਪੀ ਨੂੰ ਗੱਠਜੋੜ ਦੀ ਲੋੜ ਨਹੀਂ ਤੇ ਅਸੀਂ ਤਾਂ ਅਕਾਲੀ ਦਲ ਨੂੰ ਬਰਾਬਰ ਦੀ ਟੱਕਰ ਦੇਣ ਨੂੰ ਤਿਆਰ ਹਾਂ, ਤੁਸੀਂ ਹੈ ਹੀ ਦੋਨੋਂ ਪਾਰਟੀਆਂ ਬਰਾਬਰ ਦੀਆਂ, ਹੁਣ ਨਾ ਉਹਨਾਂ ਨੂੰ ਕੋਈ ਪੁੱਛਦਾ ਨਾ ਬੀਜੇਪੀ ਨੂੰ ਕੋਈ ਪੁੱਛਦਾ, ਇਸ ਕਰਕੇ ਦੋਵੇਂ ਇਕੱਠੀਆਂ ਹੋ ਕੇ ਸ਼ਾਇਦ ਕੋਈ ਮਾੜੀ ਮੋਟੀ ਮੱਲ ਮਾਰ ਲੈਣ। ਉਦਾਂ ਪੰਜਾਬ ਦਾ ਬੱਚਾ ਬੱਚਾ ਇਹੀ ਗੱਲ ਕਹਿਣਾ ਵੀ ਦੋਵਾਂ ਪਾਰਟੀਆਂ ਦੇ ਪਿੜ ਪੱਲੇ ਕੱਲੇ ਕੱਲੇ ਤੌਰ ਦੇ ਉੱਤੇ ਕੁਝ ਵੀ ਨਹੀਂ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਉਧਰ ਦੂਸਰੇ ਬੰਨੇ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਉਹਦੇ ਬਾਰੇ ਖਬਰ ਆ ਰਹੀ ਹੈ ਕਿ ਉਸ ਟ੍ਰੇਨ ਦੇ ਉੱਪਰ ਪਥਰਾ ਹੋਇਆ ਜੀ। ਦੇਖੋ, ਮੈਂ ਨਾ ਇਸ ਗੱਲ ਦੇ ਉੱਤੇ ਬੇਹੱਦ ਹੈਰਾਨ ਹਾਂ ਵੀ ਕਰਦੇ ਕੀ ਹੈ ਲੋਕ। ਹਾਲਾਂਕਿ ਅਸੀਂ ਇਹ ਗੱਲ ਕਹਿ ਰਹੇ ਜੀ ਕਿ ਗਰੀਬਾਂ ਦੇ ਨਾਲ ਸਾਡੀ ਬਹੁਤ ਵੱਡੀ ਹਮਦਰਦੀ ਹੈ, ਸੀ ਤੇ ਰਹੂਗੀ ਵੀ। ਗਰੀਬੀ ਆ ਜਿਹੜੀ ਉਹ ਕਿਸੇ ਵੀ ਬੰਦੇ ਨੂੰ ਕਿਸੇ ਵੀ ਦੇਸ਼ ਨੂੰ ਬੜੀ ਝੰਝੋੜ ਕੇ ਰੱਖ ਦਿੰਦੀ ਹੈ। ਪਰ ਗੱਲ ਇਹ ਹੈ ਵੀ ਜੇਕਰ ਹੁਣ ਗਰੀਬੀ ਤੋਂ ਅੱਗੇ ਦੀ ਗੱਲ ਕਰੀਏ, ਕੁਝ ਕੁ ਗੱਲਾਂ ਸਿਆਣਪ ਨਾਲ ਜੁੜੀਆਂ ਹੁੰਦੀਆਂ। ਕਈ ਵਾਰ ਬੰਦੇ ਦੀ ਜੇਬ ਦੇ ਵਿੱਚ ਭਾਵੇਂ ਦੁੱਕੀ ਨਾ ਹੋਵੇ ਪਰ ਸਿਆਣੀ ਗੱਲ ਐਸੀ ਕਰਦਾ ਵੀ ਬੰਦਾ ਹੈਰਾਨ ਹੋ ਜਾਂਦਾ। ਕਈ ਵਾਰ ਬੰਦਾ ਕਹਿੰਦਾ ਮੈਂ ਪੜ੍ਹਿਆ ਲਿਖਿਆ ਬਹੁਤ ਆ, ਰੁਪਈਏ ਵੀ ਬਹੁਤ ਆ, ਨੋਟਾਂ ਦੇ ਨਾਲ ਪਰਸ ਵੀ ਭਰੇ
ਹੁਣ ਉਹਦਾ ਕੀ ਕੀਤਾ ਜਾਵੇ? ਉਹ ਦੂਜਿਆਂ ਦਾ ਵੀ ਲਹੂ ਪੀਂਦਾ। ਸੋ ਗੱਲ ਇਹ ਆ ਵੀ ਇਸ ਵੇਲੇ ਜਿਸ ਤਰੀਕੇ ਦੇ ਨਾਲ ਖਬਰ ਆਈ ਆ ਵੀ ਇਧਰ ਵੰਦੇ ਭਾਰਤ ਜਿਹੜੀ ਆ, ਵੰਦੇ ਭਾਰਤ ਟ੍ਰੇਨ ਜਿਹੜੀ ਕਿ ਅਯੋਧਿਆ ਤੋਂ ਚੱਲੀ, ਅਯੋਧਿਆ ਵਿੱਚ ਦੀ ਲੰਘ ਰਹੀ ਸੀਗੀ, ਤੇ ਉਹਦੀ ਟ੍ਰੇਨ ਦੀ ਲੀਹ ਦੇ ਉੱਤੇ ਪਤਾ ਲੱਗਾ ਜੀ ਕਿ ਰੇਲ ਗੱਡੀ ਦੀ ਲੀਹ ਦੇ ਉੱਤੇ, ਤੇ ਉੱਥੇ ਜੀ ਬੱਕਰੀਆਂ ਚਾਰਨ ਵਾਲਾ ਬੰਦਾ ਸੀਗਾ, ਉਹਦੀਆਂ 6 ਬੱਕਰੀਆਂ ਜਿਹੜੀਆਂ ਰੇਲ ਗੱਡੀ ਦੇ ਥੱਲੇ ਆ ਗਈਆਂ, ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਨੇ ਤੇ ਉਹਦੇ ਸਾਥੀਆਂ ਨੇ ਕੀ ਕੀਤਾ, ਇਸ ਰੇਲ ਗੱਡੀ ਦੇ ਉੱਤੇ ਪਥਰਾਅ ਕੀਤਾ, ਡਲੇ ਮਾਰੇ ਆ, ਵੱਟੇ ਮਾਰੇ ਆ, ਤੇ 4 ਡੱਬੇ ਆ ਜਿਹੜੇ ਉਹ ਵੰਦੇ ਭਾਰਤ ਟ੍ਰੇਨ ਦੇ 4 ਡੱਬੇ ਜਿਹੜੇ ਉਹ ਨੁਕਸਾਨੇ ਗਏ ਆ, ਸ਼ੀਸ਼ੇ ਟੁੱਟ ਗਏ ਆ, ਜਿਹਦੇ ਕਰਕੇ ਬੜੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਦੁੱਖ ਵੀ ਮਨਾਇਆ। ਹਾਲਾਂਕਿ ਪੁਲਿਸ ਦੇ ਵੱਲੋਂ 3 ਜਿਹੜਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਕੀਤੀ ਗਈ ਹੈ, ਪਰ ਸਵਾਲ ਇਹ ਪੈਦਾ ਹੁੰਦਾ ਵੀ ਬੱਕਰੀਆਂ ਤੇਰੀਆਂ ਉਹ ਘੜੂਕਾ ਚਲਾਉਂਦਾ ਕਿ ਰੇਲ ਗੱਡੀ ਚਲਾਉਂਦਾ? ਵੀ ਜਿੱਥੇ ਤੇਰੀ ਬੱਕਰੀ ਦੇਖੀ ਉੱਥੇ ਬ੍ਰੇਕ ਮਾਰ ਲਿਆ ਕਰੇ। ਨਾ ਕੋਈ ਪ੍ਰਧਾਨ ਮੰਤਰੀ ਮੋਦੀ ਦਾ ਕਸੂਰ ਆ, ਪਹਿਲੀ ਗੱਲ ਦੇਸ਼ ਦੇ ਵਿੱਚ ਕੋਈ ਚੀਜ਼ ਬਣਦੀ ਨਹੀਂ, ਜੇ ਬਣਦੀ ਆ ਤਾਂ ਇਹੋ ਜਿਹੇ ਮੂਰਖ ਮੱਤੇ ਆ ਜਾਂਦੇ ਆ। ਸੋ ਇਹ ਹੈ ਜੀ ਕਿ ਹਾਲੇ 7 ਜੁਲਾਈ ਨੂੰ ਹੀ ਇਸ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀਗਾ, ਤੇ ਹੁਣ ਇਸ ਬੰਦੇ ਨੇ ਆਹ ਕਰਤੂਤ ਕਰਤੀ ਆ। ਪਰ ਅਗਲੀ ਗੱਲ ਇਹ ਵੀ ਸਾਡੇ ਭਾਰਤ ਦੇ ਲੋਕ ਆ ਜਿਹੜੇ ਨਾ ਉਹ ਮੂਰਖਤਾਈ ਦੀਆਂ ਕਈ ਵਾਰੀ ਉਦਾਹਰਣਾਂ ਪੇਸ਼ ਕਰਦੇ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਤੇਜਸ ਟ੍ਰੇਨ ਸ਼ੁਰੂ ਹੋਈ ਸੀ, ਉਹਨੂੰ ਹਾਲੇ ਸ਼ੁਰੂ ਹੋਈ ਨੂੰ ਇੱਕ ਹਫ਼ਤਾ ਵੀ ਨਹੀਂ ਹੋਇਆ, ਉਹਦੇ ਵਿੱਚ LED ਵੀ ਲਾਈਆਂ ਗਈਆਂ ਸੀਗੀਆਂ, ਤੇ ਲੋਕਾਂ ਨੇ ਕੀ ਕੀਤਾ, ਜਿਹੜੀਆਂ ਵਿੱਚ ਸਵਾਰੀਆਂ ਹੁੰਦੀਆਂ ਕਈ LED ਪੱਟ ਕੇ ਘਰਾਂ ਨੂੰ ਲੈ ਗਏ। ਕਿਸੇ ਨੇ ਉਹਦੇ ਵਿੱਚ ਕੋਈ ਨੁਕਸਾਨ ਕਰਤਾ, ਕੋਈ ਉਹਦੀਆਂ ਸੀਟਾਂ ਪਾੜ ਗਿਆ। ਅਸੀਂ ਤਾਂ ਉਹ ਲੋਕ ਆ ਸਿਨੇਮੇ ਦੇ ਵਿੱਚ ਜਾ ਕੇ ਸੀਟ ਦੇ ਉੱਤੇ ਬੈਠੇ ਤੇ ਉਂਗਲਾਂ ਪਾ ਪਾ ਕੇ ਸੀਟਾਂ ਦੇ ਵਿੱਚ ਤੇ ਗੱਦੀ ਦੇ ਵਿੱਚੋਂ ਤੇ ਰੂੰ ਬਾਹਰ ਕੱਢ ਕੱਢ ਕੇ ਲਿਆਉਂਦੇ ਆ, ਤੇ 5 ਬਾਹਰ ਕੱਢ ਕੱਢ ਕੇ ਲਿਆਉਂਦੇ ਆ। ਸੋ ਸਾਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ, ਜਿਹੜੀਆਂ ਕਿ ਅਸੀਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਅਸੀਂ ਲਾਂਭੇ ਹੀ ਦਿੰਦੇ ਦਿੰਦੇ ਮੁੱਕ ਜਾਂਦੇ ਹਾਂ। ਐਂ ਹੋ ਗਿਆ, ਫਲਾਂ ਹੋ ਗਿਆ, ਢਿੰਗ ਹੋ ਗਿਆ। ਸਾਨੂੰ ਆਪਣੇ ਹਿੱਸੇ ਆਉਂਦੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਚਾਹੀਦਾ। ਅਸੀਂ ਜ਼ਿੰਮੇਵਾਰੀਆਂ ਦਾ ਪਾਲਣ ਨਹੀਂ ਕਰਦੇ, ਅਸੀਂ ਵੀ ਮੂਰਖਮਤੀਆਂ ਕਰਦੇ ਹਾਂ। ਇਸ ਗੱਲ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਅਸੀਂ ਆਪਣੇ ਆਪ ਦੇ ਵਿੱਚ ਬਦਲਾਅ ਲੈ ਕੇ ਆਈਏ ਤਾਂ ਫਿਰ ਅਗਲੇ ਬਦਲਾਅ ਦੀ ਕੋਈ ਨਿੱਜੀ ਤੌਰ ਦੇ ਉੱਤੇ ਗੱਲ ਕਰ ਸਕਦੇ ਹਾਂ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਤੇ ਅੱਗੇ ਵਧਦੇ ਹੁਣ ਗੱਲ ਕਰਦੇ ਹਾਂ ਕਿ ਇਹੋ ਜਿਹੇ ਬਿਆਨ ਦੀ ਜਿਸ ਨੂੰ ਸੁਣਨ ਤੋਂ ਬਾਅਦ ਵਿੱਚ ਹਰ ਕੋਈ ਹੈਰਾਨ ਹੈ। ਟਾਣਾ ਸਾਹਿਬ, ਸਮਝ ਤੋਂ ਬਾਹਰ ਦੀ ਗੱਲ ਹੈ ਕਿ ਧਰਮ ਹਰ ਇੱਕ ਦਾ ਨਿੱਜੀ ਮਸਲਾ ਹੈ, ਤੇ ਕਿਸੇ ਵੀ ਧਰਮ ਦੇ ਉੱਪਰ ਜਾਂ ਕਿਸੇ ਵੀ ਧਾਰਮਿਕ ਕਹਿ ਲਓ ਗ੍ਰੰਥ ਦੇ ਉੱਪਰ ਜਾਂ ਕਿਸੇ ਦੇਵੀ ਦੇਵਤੇ ਗੁਰੂ ਦੇ ਉੱਪਰ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰ ਵਿਚਾਰਨਾ ਚਾਹੀਦਾ। ਪਰ ਅਫਸੋਸ, ਕੁਝ ਇੱਕ ਲੋਕ ਬਿਲਕੁਲ ਵੀ ਨਹੀਂ ਸੋਚਦੇ, ਬਿਲਕੁਲ ਵੀ ਨਹੀਂ ਵਿਚਾਰਦੇ। ਆ ਰਾਜਸਥਾਨ ਦਾ ਇੱਕ ਮੰਤਰੀ ਹੈ ਜੀ, ਉਹਨੇ ਕਹਿੰਦੇ ਭਗਵਾਨ ਰਾਮ ਦੇ ਉੱਪਰ ਕੋਈ ਵਿਵਾਦਿਤ ਬਿਆਨ ਦੇ ਦਿੱਤਾ। ਬਿਲਕੁਲ ਜੀ ਬਿਲਕੁਲ, ਇਹ ਬੜੇ ਦੁੱਖ ਦੀ ਗੱਲ ਹੈਗੀ ਹੈ। ਜਿਹੜਾ ਇਹ ਵਿਵਾਦਗ੍ਰਸਤ ਬਿਆਨ ਆਇਆ, ਇਹਦੀ ਜਿੰਨੇ ਸ਼ਬਦਾਂ ਦੇ ਵਿੱਚ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਥੋੜੀ ਆ। ਦੇਖੋ, ਕੋਈ ਕਿਸੇ ਆਪਾਂ ਸਿੱਖ ਧਰਮ ਨਾਲ ਸੰਬੰਧਤ ਆ, ਪਰ ਹਿੰਦੂ ਭਾਈਚਾਰਾ ਵੀ ਸਾਡਾ ਆਪਣਾ ਭੈਣ ਭਰਾ, ਮੁਸਲਿਮ ਧਰਮ ਵਾਲੇ ਵੀ ਸਾਡੇ ਆਪਣੇ ਭੈਣ ਭਰਾ, ਈਸਾਈ ਭਾਈਚਾਰਾ, ਜੈਨੀ, ਬੋਧੀ, ਪਾਰਸੀ ਸਾਰੇ ਆਪਣੇ ਭੈਣ ਭਰਾ। ਪਰ ਗੱਲ ਇਹ ਵੀ ਜੇਕਰ ਕਿਸੇ ਵੀ ਧਰਮ ਨੂੰ ਤੁਸੀਂ ਪਸੰਦ ਕਰੋ ਨਾ ਕਰੋ, ਉਹਦੇ ਉੱਤੇ ਟਿੱਪਣੀ ਕਰਨ ਦੀ ਕੀ ਲੋੜ ਆ? ਧਰਮ ਇੱਕ ਐਸਾ ਵਿਸ਼ਾ ਜਿਹਦੇ ਉੱਤੇ ਕਦੇ ਬਹਿਸ ਨਹੀਂ ਕਰਨੀ ਚਾਹੀਦੀ, ਕਿਉਂਕਿ ਨਾ ਇਹ ਬਹਿਸ ਮੁੱਕੇ ਨਾ ਖੜਾ ਛੁੱਟੇ। ਬਹਿਸ ਕਰਨੀ ਹੀ ਕਿਹੜੀ ਗੱਲੋਂ ਆ? ਜ਼ਿੰਦਗੀ ਦੇ ਵਿੱਚ ਕਰਨ ਨੂੰ ਹੋਰ ਬਥੇਰੇ ਕੰਮ ਹੈਗੇ ਆ। ਪਰ ਰਾਜਸਥਾਨ ਦਾ ਇੱਕ ਮੰਤਰੀ ਆ, ਉਹਨੇ ਵਿਵਾਦਗ੍ਰਸਤ ਬਿਆਨ ਦਿੱਤਾ। ਉਹ ਕਹਿੰਦਾ ਵੀ ਸੀਤਾ ਸੋਹਣੀ ਹੀ ਇੰਨੀ ਸੀ ਵੀ ਰਾਵਣ ਤੇ ਰਾਮ ਦੋਨੋਂ ਉਹਦੇ ਪਿੱਛੇ ਲੱਟੂ ਸੀ, ਦੋਵੇਂ ਉਹਦੇ ਪਿੱਛੇ ਪਿੱਛੇ ਫਿਰਦੇ ਸੀ। ਸੋ ਇਸ ਗੱਲ ਦੇ ਉੱਤੇ BJP ਦੇ ਵੱਲੋਂ ਹੁਣ ਇਤਰਾਜ਼ ਜ਼ਾਹਰ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਇਹ ਕਾਂਗਰਸ ਦਾ ਅਸਲੀ ਚਿਹਰਾ ਹੈ, ਕਾਂਗਰਸ ਦੇ ਵੱਲੋਂ ਇਹ ਕੁਝ ਸੋਚਿਆ ਜਾਂਦਾ। ਉਹਨਾਂ ਨੇ ਕਿਹਾ ਜੀ ਕਦੇ ਭਗਵਾਨ ਰਾਮ ਚੰਦਰ ਦੇ ਬਾਰੇ ਕੁਝ ਗਲਤ ਬੋਲ ਦਿੰਦੇ ਆ, ਕਦੇ ਇਹ ਕੁਝ ਇਹੋ ਜਿਹੀ ਗੱਲ ਕਰ ਦਿੰਦੇ ਜਿਹੜਾ ਕੋਈ ਮੰਤਰੀ ਕੋਈ ਨੇਤਾ, ਇਹਨਾਂ ਦੀ ਸੱਚਾਈ ਇਹ ਆ, ਇਹਨਾਂ ਦੀ ਹਕੀਕਤ ਇਹ ਆ, ਇਹ ਇਹੋ ਜਿਹੀ ਸੋਚ ਰੱਖਦੇ ਹਿੰਦੂ ਧਰਮ ਦੇ ਬਾਰੇ। ਉਹਨਾਂ ਨੇ ਕਿਹਾ ਬੜੇ ਦੁੱਖ ਦੀ ਗੱਲ ਹੈ, ਦੇਖੋ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਦਿੱਤਾ, ਉਹਨਾਂ ਨੇ ਗੱਲ ਕਰਤੀ, ਪਰ ਆਪਾਂ ਕਿਹੜੀ ਗੱਲੋਂ ਇਹ ਕੁਝ ਕਰਦੇ ਹਾਂ, ਪਰ ਆਪਾਂ ਕਿਹੜੀ ਗੱਲੋਂ ਇਹ ਸਾਰੀ ਜਿਹੜੀ ਉਹ ਸਿਆਸਤ ਦੇ ਚੱਲਦੇ ਹਾਂ, ਕੁਝ ਮਾੜੀਆਂ ਗੱਲਾਂ ਕਰਦੇ ਹਾਂ? ਸੋਚਣ ਦੀ ਲੋੜ ਆ, ਸਮਝਣ ਦੀ ਲੋੜ ਆ, ਇਹ ਬਹੁਤ ਵੱਡਾ ਮੁੱਦਾ ਹੈਗਾ। ਗੱਲ ਇਹ ਨਹੀਂ ਵੀ ਰਾਜਸਥਾਨ ਦੇ ਵਿੱਚ ਚੋਣਾਂ ਹੋਣੀਆਂ ਤੇ ਉਹਦੇ ਮੱਦੇਨਜ਼ਰ ਆਹ ਕੁਝ ਹੋਜੂਗਾ, ਉਹ ਕੁਝ ਹੋਜੂਗਾ। ਗੱਲ ਸਿਰਫ ਇੰਨੀ ਆ ਕਿ ਅਸੀਂ ਆਪਦੇ ਮੂੰਹ ਦੇ ਉੱਤੇ ਛਿਕੜਾ ਕਿਉਂ ਨਹੀਂ ਚੜਾ ਕੇ ਰੱਖਦੇ? ਆਪਾਂ ਕਿਹੜੀ ਗੱਲੋਂ ਆ ਕੁਝ ਕਹਿੰਦੇ ਆ ਜਿਹਦੇ ਕਰਕੇ ਵਿਵਾਦ ਪੈਦਾ ਹੁੰਦਾ? ਸੋ ਦੇਖਦੇ ਹਾਂ ਭਾਈ, ਇਹ ਦੇਸ਼ ਦੀ ਰਾਜਨੀਤੀ ਹੈ ਤੇ ਰਾਜਨੀਤੀ ਦੇ ਵਿੱਚ ਮੂਰਖ ਮੱਤੇ ਨੇਤਾਵਾਂ ਦੀ ਵੀ ਕੋਈ ਥੁੜ ਨਹੀਂ ਗੀ। ਸੋ ਬਾਕੀ ਸਭ ਨੂੰ ਤੋਲ ਕੇ ਬੋਲਣਾ ਚਾਹੀਦਾ, ਸਭ ਨੂੰ ਸਤਿਕਾਰ ਨਾਲ ਰਹਿਣਾ ਚਾਹੀਦਾ, ਸਤਿਕਾਰ ਦੇਣਾ ਚਾਹੀਦਾ, ਸਤਿਕਾਰ ਦੇਵਾਂਗੇ ਤਾਂ ਸਤਿਕਾਰ ਲਵਾਂਗੇ। ਰਾਜਨੀਤੀ ਇੱਕ ਪਾਸੇ, ਜਜ਼ਬਾਤ ਇੱਕ ਪਾਸੇ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਖੈਰ, ਇਹਨਾਂ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ, ਕਦੋਂ ਇਹੋ ਜਿਹੇ ਲੋਕ ਜਿਹੜੇ ਨੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਗੇ। ਪਰ ਫਿਰ ਮੈਂ ਉਹੀ ਗੱਲ ਕਹਿੰਦੀ ਹਾਂ ਕਿ ਕਿਸੇ ਵੀ ਧਰਮ ਦੇ ਉੱਪਰ ਟਿੱਪਣੀ ਕਰਨ ਤੋਂ ਪਹਿਲਾਂ, ਕਿਸੇ ਵੀ ਧਾਰਮਿਕ ਵਿਸ਼ੇ ਦੇ ਉੱਪਰ ਟਿੱਪਣੀ ਕਰਨ ਤੋਂ ਪਹਿਲਾਂ ਬੰਦੇ ਨੂੰ 100 ਵਾਰ ਵਿਚਾਰਨਾ ਚਾਹੀਦਾ। ਬਾਕੀ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਜੀ। ਆਪਾਂ ਫਿਰ ਵਿਚਾਰਾਂ ਦੀ